ਇਸ ਵਕਤ ਮੌਜੂਦ ਹਾਂ ਵਿਧਾਨ ਸਭਾ ਹਲਕਾ ਕਦੂਰ ਸਾਹਿਬ ਦੇ ਪਿੰਡ ਧੁੰਨਾ ਵਿਖੇ, ਜਿੱਥੇ ਕਿਸਾਨਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਚਾਲੇ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜਾ ਮਸਲਾ ਚੱਲ ਰਿਹਾ, ਔਰ ਤਸਵੀਰ ਤੁਸੀਂ ਦੇਖ ਸਕਦੇ ਹੋ, ਇਸ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ, ਔਰ ਦੂਸਰੇ ਪਾਸੇ ਦੀ ਤਸਵੀਰ ਜਿੱਥੇ ਆਲਾ ਅਧਿਕਾਰੀ ਔਰ ਮਸ਼ੀਨਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ। ਹਾਲਾਂਕਿ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜਾ ਇਹ ਸਾਰਾ ਮਸਲਾ ਹੋਇਆ ਸੀ, ਉਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਇਹ ਮਸਲਾ ਹੋ ਚੁੱਕਾ ਹੈ, ਲੇਕਿਨ ਕੋਈ ਸਹਿਮਤੀ ਨਹੀਂ ਬਣੀ। ਹੁਣ ਵੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਚਾਲੇ ਦੋ ਮੀਟਿੰਗਾਂ ਹੋ ਚੁੱਕੀਆਂ ਨੇ, ਫਿਲਹਾਲ ਕੋਈ ਹਲੇ ਸਹਿਮਤੀ ਨਹੀਂ ਬਣੀ, ਔਰ ਕਹਿਣਾ ਹੈ ਕਿਸਾਨਾਂ ਦਾ ਕਿ ਜਿਹੜਾ ਸਾਨੂੰ ਵੱਧ ਮੁੱਲ ਮਿਲੇ ਤਾਂ ਜ਼ਮੀਨ ਅਸੀਂ ਫਿਰ ਦੇਵਾਂਗੇ। ਫਿਲਹਾਲ ਕਿਸਾਨਾਂ ਵੱਲੋਂ ਜਿਹੜੀ ਹੈ ਵੱਧ ਮੁੱਲ ਦੀ ਗੱਲ ਕੀਤੀ ਜਾ ਰਹੀ ਹੈ, ਔਰ ਦੂਸਰੇ ਪਾਸੇ ਪ੍ਰਸ਼ਾਸਨ ਅਧਿਕਾਰੀਆਂ ਦਾ ਕਹਿਣਾ ਕਿ ਜੋ ਜ਼ਮੀਨਾਂ ਦੇ ਰੇਟ ਕੱਢੇ ਗਏ ਨੇ ਅਸੀਂ ਤਾਂ ਉਹ ਦੇ ਸਕਦੇ ਹਾਂ, ਉਸ ਨੂੰ ਲੈ ਕੇ ਸਹਿਮਤੀ ਹੋਣੀ ਜਿਹੜੀ ਹੈ ਬਰਕਰਾਰ ਹੈ ਹਾਲੇ। ਇਸ ਵਕਤ ਮੌਜੂਦ ਹਾਂ ਵਿਧਾਨ ਸਭਾ ਹਲਕਾ ਕਦੂਰ ਸਾਹਿਬ ਦੇ ਪਿੰਡ ਧੁੰਨਾ ਵਿਖੇ, ਜਿੱਥੇ ਕਿਸਾਨਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਚਾਲੇ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜਾ ਮਸਲਾ ਚੱਲ ਰਿਹਾ, ਔਰ ਤਸਵੀਰ ਤੁਸੀਂ ਦੇਖ ਸਕਦੇ ਹੋ, ਇਸ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ, ਔਰ ਦੂਸਰੇ ਪਾਸੇ ਦੀ ਤਸਵੀਰ ਜਿੱਥੇ ਆਲਾ ਅਧਿਕਾਰੀ ਔਰ ਮਸ਼ੀਨਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ। ਹਾਲਾਂਕਿ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜਾ ਇਹ ਸਾਰਾ ਮਸਲਾ ਹੋਇਆ ਸੀ, ਉਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਇਹ ਮਸਲਾ ਹੋ ਚੁੱਕਾ ਹੈ, ਲੇਕਿਨ ਕੋਈ ਸਹਿਮਤੀ ਨਹੀਂ ਬਣੀ। ਹੁਣ ਵੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਚਾਲੇ ਦੋ ਮੀਟਿੰਗਾਂ ਹੋ ਚੁੱਕੀਆਂ ਨੇ, ਫਿਲਹਾਲ ਕੋਈ ਹਲੇ ਸਹਿਮਤੀ ਨਹੀਂ ਬਣੀ, ਔਰ ਕਹਿਣਾ ਹੈ ਕਿਸਾਨਾਂ ਦਾ ਕਿ ਜਿਹੜਾ ਸਾਨੂੰ ਵੱਧ ਮੁੱਲ ਮਿਲੇ ਤਾਂ ਜ਼ਮੀਨ ਅਸੀਂ ਫਿਰ ਦੇਵਾਂਗੇ। ਫਿਲਹਾਲ ਕਿਸਾਨਾਂ ਵੱਲੋਂ ਜਿਹੜੀ ਹੈ ਵੱਧ ਮੁੱਲ ਦੀ ਗੱਲ ਕੀਤੀ ਜਾ ਰਹੀ ਹੈ, ਔਰ ਦੂਸਰੇ ਪਾਸੇ ਪ੍ਰਸ਼ਾਸਨ ਅਧਿਕਾਰੀਆਂ ਦਾ ਕਹਿਣਾ ਕਿ ਜੋ ਜ਼ਮੀਨਾਂ ਦੇ ਰੇਟ ਕੱਢੇ ਗਏ ਨੇ ਅਸੀਂ ਤਾਂ ਉਹ ਦੇ ਸਕਦੇ ਹਾਂ, ਉਸ ਨੂੰ ਲੈ ਕੇ ਸਹਿਮਤੀ ਹੋਣੀ ਜਿਹੜੀ ਹੈ ਬਰਕਰਾਰ ਹੈ ਹਾਲੇ। ਇਸ ਵਕਤ ਮੌਜੂਦ ਹਾਂ ਵਿਧਾਨ ਸਭਾ ਹਲਕਾ ਕਦੂਰ ਸਾਹਿਬ ਦੇ ਪਿੰਡ ਧੁੰਨਾ ਵਿਖੇ, ਜਿੱਥੇ ਕਿਸਾਨਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਚਾਲੇ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜਾ ਮਸਲਾ ਚੱਲ ਰਿਹਾ, ਔਰ ਤਸਵੀਰ ਤੁਸੀਂ ਦੇਖ ਸਕਦੇ ਹੋ, ਇਸ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ, ਔਰ ਦੂਸਰੇ ਪਾਸੇ ਦੀ ਤਸਵੀਰ ਜਿੱਥੇ ਆਲਾ ਅਧਿਕਾਰੀ ਔਰ ਮਸ਼ੀਨਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ। ਹਾਲਾਂਕਿ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜਾ ਇਹ ਸਾਰਾ ਮਸਲਾ ਹੋਇਆ ਸੀ, ਉਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਇਹ ਮਸਲਾ ਹੋ ਚੁੱਕਾ ਹੈ, ਲੇਕਿਨ ਕੋਈ ਸਹਿਮਤੀ ਨਹੀਂ ਬਣੀ। ਹੁਣ ਵੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਚਾਲੇ ਦੋ ਮੀਟਿੰਗਾਂ ਹੋ ਚੁੱਕੀਆਂ ਨੇ, ਫਿਲਹਾਲ ਕੋਈ ਹਲੇ ਸਹਿਮਤੀ ਨਹੀਂ ਬਣੀ, ਔਰ ਕਹਿਣਾ ਹੈ ਕਿਸਾਨਾਂ ਦਾ ਕਿ ਜਿਹੜਾ ਸਾਨੂੰ ਵੱਧ ਮੁੱਲ ਮਿਲੇ ਤਾਂ ਜ਼ਮੀਨ ਅਸੀਂ ਫਿਰ ਦੇਵਾਂਗੇ। ਫਿਲਹਾਲ ਕਿਸਾਨਾਂ ਵੱਲੋਂ ਜਿਹੜੀ ਹੈ ਵੱਧ ਮੁੱਲ ਦੀ ਗੱਲ ਕੀਤੀ ਜਾ ਰਹੀ ਹੈ, ਔਰ ਦੂਸਰੇ ਪਾਸੇ ਪ੍ਰਸ਼ਾਸਨ ਅਧਿਕਾਰੀਆਂ ਦਾ ਕਹਿਣਾ ਕਿ ਜੋ ਜ਼ਮੀਨਾਂ ਦੇ ਰੇਟ ਕੱਢੇ ਗਏ ਨੇ ਅਸੀਂ ਤਾਂ ਉਹ ਦੇ ਸਕਦੇ ਹਾਂ, ਉਸ ਨੂੰ ਲੈ ਕੇ ਸਹਿਮਤੀ ਹੋਣੀ ਜਿਹੜੀ ਹੈ ਬਰਕਰਾਰ ਹੈ ਹਾਲੇ। ਇਸ ਵਕਤ ਮੌਜੂਦ ਹਾਂ ਵਿਧਾਨ ਸਭਾ ਹਲਕਾ ਕਦੂਰ ਸਾਹਿਬ ਦੇ ਪਿੰਡ ਧੁੰਨਾ ਵਿਖੇ, ਜਿੱਥੇ ਕਿਸਾਨਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਚਾਲੇ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜਾ ਮਸਲਾ ਚੱਲ ਰਿਹਾ, ਔਰ ਤਸਵੀਰ ਤੁਸੀਂ ਦੇਖ ਸਕਦੇ ਹੋ, ਇਸ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ, ਔਰ ਦੂਸਰੇ ਪਾਸੇ ਦੀ ਤਸਵੀਰ ਜਿੱਥੇ ਆਲਾ ਅਧਿਕਾਰੀ ਔਰ ਮਸ਼ੀਨਾਂ ਜਿਹੜੀਆਂ ਨੇ ਇੱਥੇ ਪਹੁੰਚੀਆਂ ਹੋਈਆਂ ਨੇ। ਹਾਲਾਂਕਿ ਜ਼ਮੀਨ ਅਕਵਾਇਰ ਕਰਨ ਨੂੰ ਲੈ ਕੇ ਜਿਹੜਾ ਇਹ ਸਾਰਾ ਮਸਲਾ ਹੋਇਆ ਸੀ, ਉਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਇਹ ਮਸਲਾ ਹੋ ਚੁੱਕਾ ਹੈ, ਲੇਕਿਨ ਕੋਈ ਸਹਿਮਤੀ ਨਹੀਂ ਬਣੀ। ਹੁਣ ਵੀ ਜੇ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਅਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਚਾਲੇ ਦੋ ਮੀਟਿੰਗਾਂ ਹੋ ਚੁੱਕੀਆਂ ਨੇ, ਫਿਲਹਾਲ ਕੋਈ ਹਲੇ ਸਹਿਮਤੀ ਨਹੀਂ ਬਣੀ, ਔਰ ਕਹਿਣਾ ਹੈ ਕਿਸਾਨਾਂ ਦਾ ਕਿ ਜਿਹੜਾ ਸਾਨੂੰ ਵੱਧ ਮੁੱਲ ਮਿਲੇ ਤਾਂ ਜ਼ਮੀਨ ਅਸੀਂ ਫਿਰ ਦੇਵਾਂਗੇ। ਫਿਲਹਾਲ ਕਿਸਾਨਾਂ ਵੱਲੋਂ ਜਿਹੜੀ ਹੈ ਵੱਧ ਮੁੱਲ ਦੀ ਗੱਲ ਕੀਤੀ ਜਾ ਰਹੀ ਹੈ, ਔਰ ਦੂਸਰੇ ਪਾਸੇ ਪ੍ਰਸ਼ਾਸਨ ਅਧਿਕਾਰੀਆਂ ਦਾ ਕਹਿਣਾ ਕਿ ਜੋ ਜ਼ਮੀਨਾਂ ਦੇ ਰੇਟ ਕੱਢੇ ਗਏ ਨੇ ਅਸੀਂ ਤਾਂ ਉਹ ਦੇ ਸਕਦੇ ਹਾਂ, ਉਸ ਨੂੰ ਲੈ ਕੇ ਸਹਿਮਤੀ ਹੋਣੀ ਜਿਹੜੀ ਹੈ ਬਰਕਰਾਰ ਹੈ ਹਾਲੇ।